ਕਹਿੰਦੀ ਚੋਰਿਆ ਪੂਰਾ ਬੋਲਦਾ ਗਲੀ ਦੇ ਵਿੱਚ ਕਾਲੇ ਗੇਟ ਵਾਲੇ ਉੱਥੇ ਭਾਜੀ ਦੇਖ ਲੱਭਿਆ ਕਿ ਕਾਲੇ ਗੇਟ ਵਾਲੇ ਕਿੰਨੇ ਘਰ ਆ ਹੁਣ ਇਹ ਮੈਂ ਕਿਹੜਾ ਲੱਭਾ ਤੇ ਭਾਜੀ ਕਹਿੰਦੇ ਇੱਕ ਘਰ ਖੋਲਿਆ ਉਹ ਕਹਿੰਦੀ ਨਹੀਂ ਇਹ ਸਾਡਾ ਘਰ ਨੀ ਅਸੀਂ ਸਬਜ਼ੀ ਲੈ ਕੇ ਤੇ ਸਪੈਸ਼ਲ ਮਿਲੇ ਬੱਚੇ ਆਪਾਂ ਨੂੰ ਹੁਸੈਨਪੁਰ ਅੱਡੇ ਦੇ ਪਿੰਡ ਮਲੀਆ ਨਾਮ ਦੱਸ ਦੋ ਪਤਾ ਵੀਡੀਓ ਚੜ੍ਹਨੀ ਆ ਆਪਾਂ ਫੇਸਬੁੱਕ ਤੇ ਚੜ੍ਹਨੀ ਆਪਣੇ ਪੇਜ ਤੇ ਚੜ੍ਹਨੀ ਹੁਣੇ ਚੜ੍ਹ ਦੇਣੀ ਆਪਾਂ ਇੰਸਟਾ ਤੇ ਵੀ ਫੇਸਬੁੱਕ ਤੇ ਵੀ ਯੂਟਿਊਬ ਤੇ ਮਨਪ੍ਰੀਤ ਸਿੰਘ ਤੇ ਮੈਨੂੰ ਮਿਲੇ ਕਹਿੰਦੇ ਭਾਈ ਅਸੀਂ ਤੁਹਾਡੀ ਬਹੁਤ ਵੱਡੀ ਫੈਨ ਆ ਤੇ ਮੈਂ ਕਿਹਾ ਸ਼ੁਕਰ ਆ ਭਰਾਵਾ ਕਿਸੇ ਨੇ ਸਾਨੂੰ ਵੀ ਕਿਹਾ ਵੀ ਅਸੀਂ ਤੁਹਾਡੇ ਫੈਨ ਆ ਤੇ ਇੱਥੇ ਕਿਹੜੀ ਵੀਡੀਓ ਦੇਖਣੀ ਆ ਤਾਂ ਭਾਈ ਕੰਬਲ ਵਾਲੀ ਦੇਖੀ ਕਿਹੜੀ ਕਾਲਾ ਗੇਟ ਕੰਬਲ ਵਾਲੀ ਵੀਡੀਓ ਦੱਸੋ ਕਿੱਦਾਂ ਸੀਗੀ ਤੇ ਝੂਠ ਨਾ ਬੋਲਦੇ ਹੁਣ ਇੱਕ ਬੁੜੀ ਆਈ ਉਹ ਭਾਈ ਸੋਮੀ ਭਾਈ ਨੂੰ ਕਹਿੰਦੀ ਸੋਮ ਭਾਜੀ ਕਿੱਥੇ ਹੋ ਨਾ ਆ ਲਓ ਜੀ ਸੋਮ ਭਾਜੀ ਕੋਲ ਹੀ ਅੱਛਾ ਸੋਮ ਭਾਜੀ ਨੂੰ ਬੁੜੀ ਕਹਿੰਦੀ ਕੀ ਕਹਿੰਦੀ ਬੁੜੀ ਕਹਿੰਦੀ ਭਾਈ ਕੰਬਲ ਕਿੱਥਾ ਗਰਮੀ ਆ ਭਾਜੀ ਕਹਿੰਦਾ ਉਹ ਗਰਮੀ ਆ ਗਰਮ ਕੰਬਲ ਵੇਚਦਾ ਉਹ ਕਹਿੰਦੀ ਇੱਕ ਮਿੰਟ ਰੁਕਿਓ ਮੈਂ ਕੂੜਾ ਸਿੱਟ ਕੇ ਉਹ ਕੂੜਾ ਸਿੱਟਣ ਚਲ ਜਾਂਦੀ ਭਾਜੀ ਕਹਿੰਦਾ ਉਹ ਬੁੜੀ ਆਈ ਨੀ ਪਤਾ ਨੀ ਕਦੋਂ ਨੂੰ ਆਉਣਾ ਚਲ ਗਈ ਭਾਜੀ ਇਦਾਂ ਡਿੱਗਦਾ ਰਿਹਾ ਜਦੋਂ ਆਈ ਉਹ ਇਹ ਕਹਿੰਦੀ ਕਹਿੰਦੀ ਭਾਈ ਗਰਮ ਕੰਬਲ ਆ ਗਰਮ ਆ ਕੰਬਲ ਕਹਿੰਦਾ ਉਹ ਭਾਜੀ ਕਹਿੰਦਾ ਉਹ ਕਹਿੰਦੀ ਹਾਏ ਹਾਏ ਚੋਰਿਆ ਕੁੜਿਆ ਇਹ ਤਾਂ ਠੰਡੇ ਕੰਬਲ ਬੈਠਦੇ ਗਰਮ ਕੰਬਲ ਭਰਾਵਾ ਕੰਬਲ ਗਰਮ ਹੀ ਆ ਹਾਂਜੀ ਭੈਣ ਜੀ ਪੂਰੇ ਗਰਮ ਕੰਬਲ ਆ ਜੀ ਅੱਛਾ ਇੱਦਾਂ ਕਰ ਉਹ ਇੱਥੇ ਰੁਕ ਮੈਂ ਹੁਣੇ ਕੂੜਾ ਸੁੱਟ ਕੇ ਆਈ ਠੀਕ ਆ ਜੀ ਮੈਂ ਇੱਥੇ ਹੀ ਆ ਤੁਸੀਂ ਜਾਇਓ ਲੱਗਦਾ ਦਿਹਾੜੀ ਪੈ ਜਾਣੀ ਆ ਹਾਸ ਕਿਤੋਂ ਉਹ ਕਿੰਨਾ ਟਾਈਮ ਲਾਤਾ ਉਹ ਅਜੇ ਤੱਕ ਨਹੀਂ ਆਈ ਉਹ ਕਿੱਥੇ ਰਹਿ ਗਈ ਬੀਬੀ ਉਹਦੀ ਵੇਟ ਕਰਾਉਂਦੀ ਰਹੀ ਉਹ ਆ ਗਈ ਦੇਖੋ ਹੁਣ ਕੀ ਕਹਿਣਾ ਨਾ ਉਹ ਕੁੜੇ ਕਿੱਥੇ ਰਹਿ ਗਈ ਆ ਜਾ ਆ ਸ਼ੁਕਰ ਆ ਉਹ ਆ ਗਈ ਉਹ ਆ ਜਾਓ ਭੈਣ ਜੀ ਤੁਹਾਨੂੰ ਟਿਕਣ ਦਿਆ ਸੀ ਦੱਸੋ ਕਿਹੜਾ ਕੰਬਲ ਦੇਵਾਂ ਭਰਾਵਾ ਪਹਿਲਾਂ ਮੈਨੂੰ ਇਹ ਦੱਸ ਕਿ ਕੰਬਲ ਗਰਮ ਹੀ ਆ ਓ ਹਾਂਜੀ ਭੈਣ ਜੀ ਮੈਂ ਤਾਂ ਯਕੀਨ ਕਰੋ ਕੰਬਲ ਪੂਰਾ ਗਰਮ ਹੈ ਜਾਓ ਭਰਾਵਾ ਇਹ ਤਾਂ ਠੰਡੇ ਆ ਇਹ ਕਿਹੜਾ ਮਿੱਟੇ ਨੇ ਫੇਟਾ ਕੰਬਲ ਗਰਮ ਹੈ ਠੰਡੇ ਕੰਬਲ ਤੇ ਦੇਖਦੇ ਆਪਣੀ ਵੀਡੀਓ ਵਿੱਚ ਆ ਜਾਂਦਾ ਆ ਰੇ ਚੋਰ ਰੀਤਾ ਨੂੰ ਬੜੀ ਐਵੀ ਬੋਲਦੀ ਬੋ ਆ ਮੈਨੂੰ ਗਾਲਾਂ ਕੱਢਦੀ ਰਹਿੰਦੀ ਮੈਨੂੰ ਘਰੋਂ ਮੇਰੀ ਘਰ ਬੋਲਦੀ ਨੀ ਐਵੀ ਮੈਨੂੰ ਬੋਲਦੀ ਨੀ ਆ ਕਹਿੰਦਾ ਬੋਲਦੀ ਮਾਜੀ ਕਹਿੰਦਾ ਮੇਰੀ ਘਰ ਆਈ ਨਹੀਂ ਬੋਲਦੀ ਹਾਂ ਠੀਕ ਹੈ ਓਕੇ ਸਕੂਟਰੀ ਤਾਂ ਘੁੰਮਦੀ ਰਹਿੰਦੀ ਆ ਸਣੀ ਸਣੀ ਕਿੰਨੇ ਕਰਦੀ ਆ ਨਾ ਉਹ ਤਾਂ ਬੋਲਦੀ ਨੀ ਨਹੀਂ ਬੋਲਦੀ ਅੱਛਾ ਗਰੀਬ ਨੂੰ ਪਤਾ ਨਾ ਮੇਰੀ ਨੂੰ ਕਿਦਾਂ ਭਾਜੀ ਕਹਿੰਦਾ ਮੇਰੀ ਨੂੰ ਤਾਂ ਬੋਲਦੀ ਨਹੀਂ ਬੜੀ ਚੰਗੀ ਆ ਤੇ ਇਦਾਂ ਤੁਰਿਆ ਜਾਂਦਾ ਤੇ ਇੱਕ ਦਿਨ ਭਾਈ ਨੂੰ ਮੇਰੇ ਦਾ ਫੇ ਭਾਈ ਨੂੰ ਉਹਨੇ ਇਹ ਗੱਲ ਕਹੀ ਭਾਈ ਨੇ ਵੀ ਇਹ ਗੱਲ ਕਹੀ ਇੱਕ ਦਿਨ ਬੁੜਾ ਨਾ ਭਾਈ ਗਰੀਬ ਦੀ ਨੂੰ ਪਾ ਚੱਲਾ ਉਹ ਯਾਰ ਸਰਪੰਚ ਕੋਲ ਚੱਲਾ ਬੁੜੀ ਮਿਲੀ ਮੈਂ ਉਹਨੇ ਬਹੁਤ ਦੁਖੀ ਕੀਤਾ ਸਵੇਰ ਦਾ ਮੈਨੂੰ ਬੋਲੀ ਜਾਂਦੀ ਆ ਅੱਛਾ ਅੱਜ ਨੋ ਨਹੀਂ ਬੋਲਦੀ ਬਈ ਅੱਛਾ ਯਾਰ ਮੇਰੀ ਕਿਸਮਤ ਖੋਟੀ ਆ ਬੜੀ ਚੰਗੀ ਆ ਕਹਿੰਦੀ ਟੱਲੀਰਾਮ ਦੀ ਨੋ ਕਿੱਦਾਂ ਟੱਲੀਰਾਮ ਦੀ ਨੋ ਲੱਗਦੀ ਆ ਵਿਚਾਰੀ ਜਿਹੜੀ ਬੋਲਦੀ ਨਹੀਂ ਇੰਨਾ ਕਰਦਾ ਗੱਲ ਐ ਕੁੜੀਏ ਤੂੰ ਟੱਲੀਰਾਮ ਦੀ ਨੋ ਆ ਵੇ ਕੁੱਤਾ ਪੰਜਰ ਕਮੀਨਾ ਕਿਸੇ ਥਾਨ ਵੇ ਮੈਂ ਜਿਹੜੀ ਮਰਦੀ ਨੋ ਹਮਾ ਤੂੰ ਮਾਮਾ ਲੱਗਦਾ ਟੋਲਾ ਚਾਟਾ ਸ਼ਰਮ ਦਾ ਕਾਟਾ ਵੇ ਤੂੰ ਮੈਨੂੰ ਜਾਣਦਾ ਨਹੀਂ ਮੈਂ ਤੇਰੀਆਂ ਲੀਰਾ ਲਾ ਦੂੰ ਜਿਹੜੀਆਂ ਸਾਡੇ ਨਾਲ ਲੜੀ ਆ ਤਾਂ ਸਾਡੇ ਨਾਲ ਬੋਲਦੀ ਨੀ ਓਦਾਂ ਤਾਂ ਵੱਢ ਖਾਣ ਨੂੰ ਪੈਂਦੀ ਆ ਅਮਿਤੇਜ ਨੂੰ ਲਵ ਯੂ ਅਮਿਤੇਜ ਯਾਰ ਥੈਂਕ ਯੂ ਹੁਣ ਅਸੀਂ ਆ ਵੀਡੀਓ ਕੱਟਣ ਤੋਂ ਬਾਅਦ ਨਾ ਇਹਨਾਂ ਦੀ ਸੇਵਾ ਪੂਰੀ ਕਰਾਂਗੇ ਕੀ ਖਾਣਾ ਕੀ ਤੁਸੀਂ ਦੱਸੋ ਬਰਗਰ ਖਾਣਾ ਬਸ ਚਲੋ ਭਾਜੀ ਉੱਠੋ ਭਾਵੀ ਬਰਗਰ ਲੈ ਕੇ ਬੱਚਿਆਂ ਵਾਸਤੇ ਪਹਿਲਾਂ ਤੇ ਬਰਗਰ ਰੇਟ ਤੇ ਆ ਗਏ ਆ ਤੇ ਇਸ ਵੇਲੇ ਨਾ ਇਹ ਆਪਣਾ ਹੈਗਾ ਜੀ ਤਾਰਾ ਕੀ ਨਾਂ ਆ ਤਾਰਾ ਹੀ ਆ ਤੇ ਇਹ ਵੀ ਬਹੁਤ ਵਧੀਆ ਕਲਾਕਾਰ ਆ ਜਿੱਦਾਂ ਕਹਿ ਲਈਏ ਤੇ ਪ੍ਰੋਫੈਸ਼ਨਲ ਆਰਟਿਸਟ ਹੈ ਨਾਲ ਨਾਲ ਆਪਣਾ ਵਰਕ ਕਰਦਾ ਮਿਹਨਤ ਕਰਦਾ ਪਿਆ ਜੀ ਸਾਰਾ ਇਸਕੋ ਵੀ ਲੈ ਲਓ ਉਹ ਕਹਿੰਦਾ ਮੈਨੂੰ ਵੀ ਲੈ ਲਓ ਭਰਾਵਾ ਅਰਜੁਨ ਅਰਜੁਨ ਇਹ ਕਹਿੰਦਾ ਮੈਨੂੰ ਵੀ ਲੈ ਲਓ ਤੂੰ ਕਿੱਦਾਂ ਮਿਲਦਾ 5 ਰੁਪਏ ਕਿਲੋ 10 ਰੁਪਏ ਕਿਲੋ
अपने बॉबी भांजा अपने सरदार आली निंदर है प्यार ना कहता फेस तो खामे को सैनपुर पिंड नंबर बोल दो 99-151-94-006 अच्छा गड्डी कड़ी अपने को डिजायर हर तरह की मिल जाएगी जिदा की ठीक है जी टांडे तो ढोलबाह रोड ते डिस्ट्रिक्ट हुशियारपुर ठीक है जी अपने मनजीत भाजी आ मनजीत भाजी सत श्री अकाल जी कहदा कुछ अपने दीप भाजी मैरिज बनाने होन बेड वगैरा सोफे वगैरा सारे बनते मनी अपना जिदा कह लिया की मतलब की बहुत वधिया इन्हां दा काम आ इत्थे जी चिकन वगैरा एग वगैरा है ना लास्ट विच ए बच्चे जिहड़े आ अमितेज अर्शदीप ते मनप्रीत ठीक आ ते बच्चियां ने पहला साडे वास्ते गिफ्ट लेके आए सानू बहुत कुछ उन्होंने खवाया एक बिस्कुट दा पैकेट सी क्रीम वाले ओह असीं खाधे स्प्रिंग रोल साडे वास्ते लेके आए यार क्या बात है थैंक यू अमितेज एंड अर्शदीप ते मनप्रीत थैंक यू ते मल्लियां पिंड पैंदा जी डिस्ट्रिक्ट हुशियारपुर ते टांडे नेड़े पैंदा इह पिंड ते असीं कहिंदे असीं वी कुछ इन्हों पार्टी कर दी साढ़े ना बर्गर आए बेटा ठीक है बर्गर जाएंगे ठीक है ओके लव यू सो मच तुम्हें मिल के बहुत खुशी हुई है जी तो जो ब्लॉग देखते हैं तुम तो वीडियो से कमेंट जरूर करो मैसेज जरूर करो सारे लव यू सो मच जी एक बार फिर अमितेज मनप्रीत हरप्रीत थैंक यू सो मच यार बल्ली कहते जागे भाई।